ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੇਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਪਿਛਲੀਆਂ ਸਦੀਆਂ ਵਿੱਚ ਹੌਲੀ ਹੌਲੀ ਬਦਲਣ ਵਾਲੇ ਪੰਜਾਬ ਦਾ ਜ਼ਿਕਰ ਕਰਨ ਦਾ ਮਨ ਬਣਾਇਆ ਹੈ। ਪੁਸ਼ਤਾਂ ਦਰ ਪੁਸ਼ਤਾਂ, ਰੀਤੀ ਰਿਵਾਜ਼ਾਂ ਦੀਆਂ ਤਹਾਂ ਇੱਕ ਦੇ ਉੱਪਰ ਦੂਜੀਆਂ ਜੰਮਦੀਆਂ ਰਹੀਆਂ ਨੇ, ਦੋਵਾਂ ਦੀ ਰਹਿਣੀ ਬਹਿਣੀ ਬਦਲਦੀ ਰਹੀ ਹੈ। ਇਹ ਜ਼ਮਾਨੇ ਦਾ ਦਸਤੂਰ ਹੈ ਜੀ। ਲਓ ਪਹਿਲਾਂ ਅਸੀਂ ਪੁਰਾਣੇ ਪੰਜਾਬ ਦੇ ਪਹਿਰਾਵੇ ਬਾਰੇ ਗੱਲ ਕਰਦੇ ਹਾਂ। ਸਾਡੇ ਪੜ੍ਹਨ ਵਿੱਚ ਆਇਆ ਹੈ ਕਿ ਕਈ ਸਦੀਆਂ ਪਹਿਲਾਂ ਪੁਰਾਣੇ ਪੰਜਾਬ ਵਿੱਚ ਹਰ ਆਦਮੀ ਔਰਤ ਸਦੀਆਂ ਤੋਂ ਚੱਲਦਾ ਆਇਆ ਘਰ ਦਾ ਖੱਦਰ ਪਾਉਂਦਾ ਸੀ। ਬਸ ਜੀ, ਕੁੜਤਾ ਖੁੱਲ੍ਹਾ ਅਤੇ ਲੰਗੋਟੀ, ਅਤੇ ਔਰਤਾਂ ਕਈ ਵਾਰੀ ਲੰਗੋਟੀ ਰੰਗ ਲੈਂਦੀਆਂ ਸੀ। ਮਲਮਲ ਦਾ ਦੁਪੱਟਾ ਹਰ ਇੱਕ ਦੇ ਨੇੜੇ ਤੇੜੇ ਜਾਂ ਮੋਢੇ 'ਤੇ ਰੱਖਿਆ ਹੁੰਦਾ ਸੀ। ਕੋਈ ਜੇ ਵੱਡਾ ਵਡੇਰਾ ਆ ਜਾਵੇ ਤਾਂ ਸਿਰ ਢੱਕ ਲੈਂਦੀਆਂ ਸੀ। ਨਵੀਆਂ ਵਿਆਹੀਆਂ ਵਹੁਟੀਆਂ ਵੱਡਿਆਂ ਅਤੇ ਅਜਨਬੀਆਂ ਦੇ ਸਾਹਮਣੇ ਚੁੰਨੀ ਨੱਕ ਤੱਕ ਖਿੱਚ ਲੈਂਦੀਆਂ ਸੀ ਅਤੇ ਕਈ ਵਾਰ ਸਾਰਾ ਮੂੰਹ ਵੀ ਢੱਕ ਲੈਂਦੀਆਂ ਸੀ। ਇਸ ਤਰ੍ਹਾਂ ਦੂਜਿਆਂ ਨੂੰ ਇੱਜ਼ਤ ਵੀ ਦਿੰਦੀਆਂ ਸੀ ਅਤੇ ਆਪਣੀ ਇੱਜ਼ਤ ਨੂੰ ਵੀ ਬਚਾ ਕੇ ਰੱਖਦੀਆਂ ਸੀ। ਦੋਸਤੋ, ਕੁੜੀਆਂ ਵਾਲ ਨਹੀਂ ਸੀ ਕੱਟਦੀਆਂ ਹੁੰਦੀਆਂ, ਕੁੜੀਆਂ ਅਤੇ ਮੁਟਿਆਰਾਂ ਪਰਾਂਦੀ ਪਾਉਂਦੀਆਂ ਸੀ। ਆਮ ਔਰਤਾਂ ਐਵੇਂ ਹੀ ਗੁੱਤ ਕਰ ਲੈਂਦੀਆਂ ਸੀ ਅਤੇ ਖਾਸ ਮੌਕਿਆਂ 'ਤੇ ਕਮਰ ਤੋਂ ਗਿੱਟਿਆਂ ਤੱਕ ਵਲ ਖਾਂਦੀ ਘੱਗਰੀ ਪਾਈ ਹੁੰਦੀ ਸੀ, ਉੱਪਰ ਚੋਲੀ ਹੁੰਦੀ ਸੀ। ਅਤੇ ਜਦੋਂ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ ਤਾਂ ਸਿੱਖੀ ਦੇ ਪਹਿਰਾਵੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਈ। ਹਰ ਸਿੱਖ ਆਦਮੀ ਅਤੇ ਔਰਤ ਨੇ ਕਛਹਿਰਾ ਪਾਉਣਾ ਸ਼ੁਰੂ ਕਰ ਦਿੱਤਾ। ਕਈ ਆਦਮੀ ਕਛਹਿਰੇ 'ਤੇ ਉੱਤੋਂ ਲੰਗੋਟੀ ਵੀ ਬੰਨ ਲੈਂਦੇ ਸੀ। ਸੋ ਕਿਸਾਨਾਂ ਨੂੰ ਇਹ ਬਦਲੀ ਬੜੀ ਸੂਤ ਆਈ। ਲੰਗੋਟੀ ਕੰਮ ਕਰਨ ਦੌੜ ਭੱਜ ਵਿੱਚ ਰੁਕਾਵਟ ਪਾਉਂਦੀ ਸੀ। ਸੋ ਸਿੱਖ ਔਰਤਾਂ 17ਵੀਂ ਸਦੀ ਦੇ ਸ਼ੁਰੂ ਵਿੱਚ ਸਲਵਾਰ ਕਮੀਜ਼ ਪਾਉਣ ਵਿੱਚ ਮੋਢੀ ਸੀ। ਸਲਵਾਰ ਕਮੀਜ਼ ਜਲਦੀ ਹੀ ਬੜੀ ਮਕਬੂਲ, ਬੜੀ ਪ੍ਰਚਲਿਤ ਹੋ ਗਈ, ਕਿਉਂਕਿ ਸੌਖੀ ਵੀ ਸੀ ਅਤੇ ਅਸਲੀ ਵੀ ਸੀ। ਮੁਸਲਮਾਨ ਔਰਤਾਂ ਨੇ ਬਹੁਤ ਦੇਰ ਬਾਅਦ ਸਲਵਾਰ ਕਮੀਜ਼ ਪਾਉਣੀ ਸ਼ੁਰੂ ਕੀਤੀ। ਵਿਆਹ ਸ਼ਾਦੀਆਂ ਅਤੇ ਸੋਗ ਮੌਕੇ ਔਰਤਾਂ ਘੱਗਰਾ ਹੀ ਪਾਉਂਦੀਆਂ ਸੀ। ਕੁੜੀਆਂ ਵੰਗਾਂ ਦੀਆਂ ਬੜੀਆਂ ਸ਼ੌਕੀਨ ਹੁੰਦੀਆਂ ਸੀ। ਫੀਰੀ ਵਾਲੇ ਜਦੋਂ ਗਲੀਓ ਗਲੀ ਹਾਕਾ ਮਾਰਦੇ ਹੁੰਦੇ ਸੀ ਕਿ ਚੂੜੀਆਂ ਲੈ ਲਓ, ਵੰਗਾਂ ਚੜ੍ਹਾ ਲਓ ਪਈ, ਅਤੇ ਚੁੰਨੀਆਂ ਅਤੇ ਚਾਦਰਾਂ ਵੇਚਣ ਵਾਲੇ ਸਾਲ ਦੇ 2-3 ਚੱਕਰ ਵੀ ਲਾਉਂਦੇ ਸੀ। ਸਾਹਮਣੇ ਬੈਠ ਕੇ ਜੋ ਰੰਗ ਅਤੇ ਜੋ ਠੱਪਾ, ਜੋ ਮਰਜ਼ੀ ਚਾਹੇ ਲਵਾ ਲਓ। ਵਿਆਹ ਸ਼ਾਦੀਆਂ ਅਤੇ ਰੰਗਦਾਰ ਘੱਗਰੇ ਅਤੇ ਕਢਾਈ ਵਾਲੀ ਚੋਲੀ ਅਤੇ ਸਿਆਪਿਆਂ ਅਤੇ ਸਾਦਾ ਘੱਗਰਾ, ਉਹ ਬਹੁਤ ਪ੍ਰਚਲਿਤ ਹੋਏ। ਦੋਸਤੋ, ਘੱਗਰੇ 'ਤੇ 7 ਤੋਂ 9 ਗਜ਼ ਤੱਕ ਤਕਰੀਬਨ ਕੱਪੜਾ ਲੱਗਦਾ ਸੀ। ਦੂਜੇ ਪਿੰਡ ਨੂੰ ਜਾਣ ਲੱਗਿਆਂ ਤੀਵੀਆਂ ਨੇ ਘੱਗਰਾ ਮੋਢਿਆਂ 'ਤੇ ਸੁੱਟਿਆ ਹੁੰਦਾ ਸੀ ਅਤੇ ਪਿੰਡ ਦੇ ਨੇੜੇ ਜਾ ਕੇ ਪਾ ਲੈਂਦੀਆਂ ਸੀ। ਕਈ ਵਾਰੀ ਘੱਗਰੇ ਦੇ ਵਲ ਛੇਤੀ ਠੀਕ ਨਹੀਂ ਸੀ ਹੁੰਦੇ। ਬੋਲੀ ਮਸ਼ਹੂਰ ਸੀ ਕਿ ਮੇਰਾ ਘੱਗਰਾ ਰਾਸ ਨਾ ਆਵੇ ਅਤੇ ਸਹੁਰਿਆਂ ਦਾ ਪਿੰਡ ਆ ਗਿਆ। ਨਾਚ ਕਰਨ ਵਾਲੀਆਂ ਹਮੇਸ਼ਾ ਹੀ ਮੋਤੀਆਂ ਨਾਲ ਜੜਿਆ ਘੱਗਰਾ ਜਾਂ ਘੱਗਰੀ ਪਾਉਂਦੀਆਂ ਸੀ। ਵਿਆਹ ਸ਼ਾਦੀਆਂ 'ਤੇ ਔਰਤਾਂ ਸਾਦਗੀ ਭੁੱਲ ਜਾਂਦੀਆਂ ਸੀ। ਜਿੰਨਾ ਵੀ ਸੋਨਾ ਹੋਵੇ ਉਹ ਸਾਰਾ ਹੀ ਪਾ ਲੈਂਦੀਆਂ ਸੀ, ਅੱਗੇ ਪਿੱਛੇ ਉਹ ਪਟਾਰੀ ਵਿੱਚ ਵੀ ਛੁਪਾ ਕੇ ਰੱਖਿਆ ਕਰਦੀਆਂ ਸੀ। ਅਤੇ ਆਦਮੀਆਂ, ਜੇ ਆਦਮੀਆਂ ਦੀ ਗੱਲ ਕਰੀਏ ਤਾਂ ਆਦਮੀ ਰੇਸ਼ਮੀ ਪਗੜੀਆਂ ਬੰਨ੍ਹਦੇ ਸੀ। ਹੌਲੀ ਹੌਲੀ ਮਲਮਲ ਦੀਆਂ ਪਗੜੀਆਂ ਸ਼ੁਰੂ ਹੋ ਗਈਆਂ। ਇਹ ਸਿਰ ਤੋਂ ਖਿਸਕਦੀਆਂ ਨਹੀਂ ਸੀ, ਇਹਨਾਂ ਨੂੰ ਕੱਚਾ ਪੱਕਾ ਰੰਗ ਕਰਨਾ ਵੀ ਸੌਖਾ ਸੀ ਅਤੇ ਬੱਚਿਆਂ ਨੂੰ ਵਿਸਾਖੀ 'ਤੇ ਨਵੇਂ ਕੱਪੜੇ ਮਿਲਦੇ ਸੀ। ਮੁਸਲਮਾਨ ਬੱਚਿਆਂ ਨੂੰ ਈਦ ਦੇ ਮੌਕੇ ਉੱਤੇ ਮਿਲਦੇ ਸੀ। ਬਾਕੀ ਮਹੀਨੇ ਇਹਨਾਂ ਦੇ ਨਾਲ ਹੀ ਗੁਜ਼ਾਰਨੇ ਹੁੰਦੇ ਸੀ। ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਮਿੱਲਾਂ ਦਾ ਕੱਪੜਾ ਬਹੁਤ ਪ੍ਰਚਲਿਤ ਹੋਇਆ ਤਾਂ ਫਿਰ ਫੈਸ਼ਨ ਬਦਲਣੇ ਸ਼ੁਰੂ ਹੋ ਗਏ। ਔਰਤਾਂ ਨੇ ਸਭ ਤੋਂ ਪਹਿਲਾਂ ਮਸ਼ੀਨੀ ਕੱਪੜੇ ਨੂੰ ਅਪਣਾਇਆ। ਇਹਨਾਂ ਦੇ ਰੰਗ ਪੱਕੇ ਅਤੇ ਨਮੂਨੇ ਵਧੀਆ ਜੋ ਹੁੰਦੇ ਸੀ। ਮੌਲਵੀਆਂ ਨੇ
ਕੁੱਲੇ ਦੇ ਦੁਆਲੇ ਮਾਇਆ ਵਾਲੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਹਿੰਦੂ ਅਤੇ ਸਿੱਖ ਦੁਕਾਨਦਾਰਾਂ ਨੇ ਕੁੜਤਾ ਪਜਾਮਾ ਪਾਉਣਾ ਸ਼ੁਰੂ ਕਰ ਦਿੱਤਾ। 1930-37 ਇਹਨਾਂ ਸਾਲਾਂ ਵਿੱਚ ਮਿੱਲਾਂ ਦਾ ਕੱਪੜਾ ਸਸਤਾ ਅਤੇ ਆਮ ਹੋ ਗਿਆ। ਫੇਰੀ ਵਾਲੇ ਹਰ ਗਲੀ ਵਿੱਚ ਹਰ ਕੱਪੜੇ ਦੇ ਦੋ ਆਨੇ ਗਜ਼ ਦਾ ਹੋਕਾ ਦਿੰਦੇ ਸੀ। ਚੁੰਨੀ ਅਤੇ ਚਾਦਰਾਂ ਵੇਚਣ ਵਾਲੇ ਸਾਲ ਵਿੱਚ 2-3 ਵਾਰੀ ਪਿੰਡ ਵਿੱਚ ਫੇਰੀ ਪਾਉਂਦੇ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਰਿਆਨ ਅਤੇ ਨਾਈਲੋਨ ਦਾ ਕੱਪੜਾ ਸ਼ੁਰੂ ਹੋ ਗਿਆ। ਸਰਦੇ ਪੁੱਛਦੇ ਨੇ ਪੈਰਾਸ਼ੂਟਾਂ ਦਾ ਪੱਕਾ ਕੱਪੜਾ ਲੈ ਆਉਂਦਾ। ਵੰਨਗੀ ਵੱਧਦੀ ਗਈ। ਅੰਗਰੇਜ਼ੀ ਤਾਲੀਮ, ਸ਼ਹਿਰਾਂ ਨੂੰ ਆਵਾਜਾਈ, ਫੌਜੀ ਅਤੇ ਸਰਕਾਰੀ ਨੌਕਰੀਆਂ ਵਿੱਚ ਵਾਧਾ ਹੋਣ ਨਾਲ ਕੱਪੜੇ ਲੀੜੇ ਵਿੱਚ ਇੱਕ ਹੋਰ ਨਵੀਂ ਤਬਦੀਲੀ ਆਈ। ਪੜ੍ਹਿਆਂ ਲਿਖਿਆਂ ਵਿੱਚ ਦੋਸਤੋ ਬੂਟ, ਜੁਰਾਬਾਂ, ਨਿੱਕਰਾਂ, ਪਤਲੂਨਾਂ ਇਹ ਪ੍ਰਚਲਿਤ ਹੋ ਗਈਆਂ। ਮੁਸਲਮਾਨ ਅਤੇ ਈਸਾਈ ਔਰਤਾਂ ਨੇ ਸਲਵਾਰ ਕਮੀਜ਼ ਨੂੰ ਅਪਣਾ ਲਿਆ। ਸਭ ਦੇ ਕੱਪੜੇ ਇੱਕੋ ਜਿਹੇ ਹੋਣ ਕਰਕੇ ਪਤਾ ਛੇਤੀ ਨਹੀਂ ਸੀ ਲੱਗਦਾ ਕਿ ਔਰਤ ਦਾ ਧਰਮ ਕੀ ਹੈ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਕੈਨੇਡਾ ਵਿੱਚ ਦੇਖ ਸਕਦੇ ਹੋ। ਬੈਲ ਸੈਟੇਲਾਈਟ ਚੈਨਲ ਨੰਬਰ 685, ਬੈਲ 5 ਟੀਵੀ ਚੈਨਲ ਨੰਬਰ 677, ਰੋਜਰਸ ਚੈਨਲ ਨੰਬਰ 935। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟ ਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਨਾਜ਼ਰੀਨ, ਅਸੀਂ ਹੁਣ ਪੁਰਾਣੇ ਪੰਜਾਬ ਦੇ ਖਾਣ ਪੀਣ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ। ਪੁਰਾਣੇ ਸਮਿਆਂ ਵਿੱਚ ਖਾਣਾ ਸਾਦਾ ਅਤੇ ਨਰੋਆ ਹੁੰਦਾ ਸੀ। ਕਹਾਵਤ ਮਸ਼ਹੂਰ ਸੀ ਨਾ ਕਿ ਖਾਓ ਦਾਲ ਜਿਹੜੀ ਨਿਭੇ ਨਾਲ, ਅਤੇ ਜੋ ਕੁਝ ਪਿੰਡ ਵਿੱਚ ਉੱਗਦਾ ਸੀ ਉਹੀ ਉਹ ਸਾਰੇ ਖਾਂਦੇ ਸੀ। ਦਾਲ ਰੋਟੀ ਅਤੇ ਦੁੱਧ, ਦਹੀਂ, ਮੱਖਣ, ਘਿਓ ਇਹ ਬਹੁਤ ਮਕਬੂਲ, ਬਹੁਤ ਪ੍ਰਚਲਿਤ ਹੁੰਦਾ ਸੀ। ਸਵੇਰੇ ਪਰੌਂਠੇ, ਦਹੀਂ, ਲੱਸੀ, ਮੱਖਣ ਹੁੰਦਾ ਸੀ ਅਤੇ ਦੁਪਹਿਰ ਵੇਲੇ ਰੋਟੀਆਂ, ਦਾਲ ਜਾਂ ਮੌਸਮ ਦੀ ਸਬਜ਼ੀ, ਅਚਾਰ ਅਤੇ ਲੱਸੀ ਹੁੰਦੀ ਸੀ। ਗਰਮੀਆਂ 'ਚ ਕੱਦੂ ਦਾ ਰਾਇਤਾ ਵੀ ਬਹੁਤ ਪ੍ਰਚਲਿਤ ਸੀ। ਦੁਪਹਿਰ ਦੇ ਢਲਣ ਪਿੱਛੋਂ ਭੱਠੀ 'ਤੇ ਪੁੱਜੇ ਹੋਏ ਦਾਣੇ ਅਤੇ ਮੌਸਮ ਮੁਤਾਬਕ ਤਰਾਂ, ਮੂਲੀਆਂ, ਗਾਜਰਾਂ ਇਹ ਆਮ ਖਾਧੀਆਂ ਜਾਂਦੀਆਂ ਸੀ। ਚਾਹ ਕੋਈ ਨਹੀਂ ਸੀ ਹੁੰਦੀ। ਰਾਤ ਨੂੰ ਰੋਟੀ ਦਾਲ ਸਬਜ਼ੀ ਵਿੱਚ ਘਿਓ ਤਰਦਾ ਅਤੇ ਪਿੱਛੋਂ ਗੁੜ ਦੀ ਢੇਲੀ। ਮੌਸਮੀ ਸਬਜ਼ੀਆਂ ਵਿੱਚ ਸ਼ਾਮਲ ਸਨ ਸਾਗ, ਬਤਾਊਂ, ਗੋਂਗਲੂ, ਗਾਜਰਾਂ, ਭਿੰਡੀ, ਕਰੇਲੇ ਅਤੇ ਕੱਦੂ। ਲੋਕ ਸੌਣ ਲੱਗਿਆਂ ਮਿੱਠੇ ਗਰਮ ਦੁੱਧ ਦਾ ਗਲਾਸ ਜ਼ਰੂਰ ਪੀਂਦੇ ਸੀ। ਕਹਿੰਦੇ ਸੀ ਕਿ ਇਸ ਨਾਲ ਨੀਂਦ ਚੰਗੀ ਆਉਂਦੀ ਹੈ। ਹਰ ਕਿਸੇ ਦੀਆਂ ਨਜ਼ਰਾਂ ਤਿਉਹਾਰਾਂ 'ਤੇ ਲੱਗੀਆਂ ਹੁੰਦੀਆਂ ਸੀ, ਕਿਉਂਕਿ ਉਦੋਂ ਖਾਸ ਖਾਸ ਚੀਜ਼ਾਂ ਤਿਉਹਾਰਾਂ 'ਤੇ ਖਾਣ ਨੂੰ ਮਿਲਦੀਆਂ ਸੀ। ਸਾਉਣ ਮਹੀਨੇ ਦੇ ਹਰ ਐਤਵਾਰ ਨੂੰ ਪੂੜੇ ਤਲੇ ਜਾਂਦੇ ਅਤੇ ਖੀਰ ਰਿੰਨੀ ਜਾਂਦੀ। ਵਿਆਹਾਂ ਸ਼ਾਦੀਆਂ ਵੇਲੇ ਹਰ ਕਿਸਮ ਦੇ ਖਾਣੇ ਅਤੇ ਮਿਠਾਈਆਂ ਖੁੱਲ੍ਹੀਆਂ ਖਾਣ ਨੂੰ ਮਿਲਦੀਆਂ ਸੀ। ਕਿਸੇ 100 ਸਾਲ ਦੇ ਨੇੜੇ ਦੇ ਬਜ਼ੁਰਗ ਦੇ ਮਰਨ ਤੋਂ ਪਿੱਛੋਂ ਇਕੱਠ ਹੁੰਦਾ ਸੀ। ਉਦੋਂ ਬਹੁਤ ਕੁਝ ਖਾਣ ਨੂੰ ਹੁੰਦਾ ਸੀ ਅਤੇ ਮੁਹੱਲੇ ਅਤੇ ਭਾਈਚਾਰੇ ਵਿੱਚ ਕੜਾਹ ਵੰਡਿਆ ਜਾਂਦਾ ਸੀ। ਮਾਸ, ਕੁੱਕੜ ਅਤੇ ਆਂਡੇ ਮਹਿੰਗੇ ਹੁੰਦੇ ਸੀ। ਕਦੀ ਕਦਾਈ ਕੋਈ ਕੋਈ ਖਾਂਦਾ ਸੀ। ਵਿਸਾਖੀ ਅਤੇ ਲੋਹੜੀ ਨੂੰ ਸਿੱਖ ਟੱਬਰ ਰਲ ਕੇ ਬੱਕਰੇ ਦੀਆਂ ਢੇਰੀਆਂ ਵੰਡ ਲੈਂਦੇ ਅਤੇ ਸਾਰਾ ਦਿਨ ਰਾੜ ਕੇ ਰਾਤ ਨੂੰ ਖਾਂਦੇ। ਮੁਸਲਮਾਨ ਈਦ ਨੂੰ ਭੇਡ ਵੱਢਦੇ ਅਤੇ ਖੁਸ਼ੀ ਨਾਲ ਖਾਂਦੇ। ਅਤੇ ਜਦੋਂ ਕਦੀ ਕਦੀ ਖਾਸ ਪ੍ਰੋਗਰਾਮ ਆਏ ਤਾਂ ਉਦੋਂ ਕੁੱਕੜ ਬਣਾਇਆ ਜਾਂਦਾ ਸੀ। ਲੋਕ ਖੀਰ, ਕੜਾਹ ਅਤੇ ਹੋਰ ਮਿੱਠੀਆਂ ਚੀਜ਼ਾਂ ਬਹੁਤ ਖਾਂਦੇ ਸੀ, ਪਰ ਫਲ ਅਤੇ ਮੇਵਾਜ਼ਾਤ ਉਦੋਂ ਘੱਟ ਹੁੰਦੇ ਸੀ। ਪਰ ਭੁੱਜੀ ਹੋਈ ਮੂੰਗਫਲੀ ਆਮ ਮਿਲਦੀ ਸੀ। ਗਰਮੀਆਂ 'ਚ ਹਦਵਾਣੇ, ਖਰਬੂਜ਼ੇ ਅਤੇ ਜਾਮਨ ਆਮ ਹੁੰਦੇ ਸੀ। ਸਰਦੀਆਂ ਨੂੰ ਹਰ ਕੋਈ ਗੰਨੇ ਚੁੱਭਦਾ ਸੀ ਸਿਵਾਏ ਬੜਿਆਂ ਤੋਂ। ਮਲਿਆਂ ਅਤੇ ਬੇਰ ਬਹੁਤ ਪ੍ਰਚਲਿਤ ਸੀ। ਤੂਤ ਹਰ ਥਾਂ 'ਤੇ ਸੀ, ਪਰ ਕੋਈ ਘੱਟ ਹੀ ਖਾਂਦਾ ਸੀ। ਬਾਹਰੋਂ ਆਏ ਫਲ ਅਤੇ ਮੇਵਾਜ਼ਾਤ ਜਿਵੇਂ ਕਿ ਅੰਬ, ਕੇਲੇ, ਅੰਗੂਰ, ਪਿਸਤਾ, ਬਦਾਮ, ਸੌਗੀ ਇਹ ਘੱਟ ਮਿਲਦੇ ਸੀ। ਸੇਬ ਅਤੇ ਅਨਾਖਾਂ ਕਦੀ ਕਦੀ ਨਜ਼ਰ ਆਉਂਦੀਆਂ ਸੀ। ਅਸੀਂ ਪੰਜਾਬ ਦੇ ਪਿੰਡਾਂ ਵਿੱਚ ਖਾਣ ਪੀਣ ਦੇ ਹਵਾਲੇ ਨਾਲ ਪਹਿਲਾਂ ਗੱਲਬਾਤ ਕਰ ਰਹੇ ਸੀ। ਅਮੀਰਾਂ ਅਤੇ ਗਰੀਬਾਂ ਦੇ ਖਾਣੇ ਵਿੱਚ ਵੱਡਾ ਫਰਕ ਸੀ ਕਿ ਸਰਦੇ ਪੁੱਜਦੇ ਦੁੱਧ, ਘਿਓ, ਮੱਖਣ ਅਤੇ ਗੁੜ ਦੂਜਿਆਂ ਨਾਲੋਂ ਵੱਧ ਖਾਂਦੇ ਸੀ। ਹਰ ਤੀਜੇ ਘਰ ਕੋਲ ਆਪਣੀ ਮੱਝ ਨਹੀਂ ਸੀ ਹੁੰਦੀ। ਘਰਾਂ 'ਚ ਲੱਸੀ ਆਮ ਵੰਡੀ ਜਾਂਦੀ ਸੀ।
ਪੰਜ ਸੇਰ ਦੁੱਧ ਰਿੜਕਿਆ ਹੋਵੇ ਤਾਂ ਕਈ ਟੱਬਰ ਲੱਸੀ ਪੀ ਸਕਦੇ ਸੀ। ਪਾਣੀ ਪਾ ਕੇ ਲੱਸੀ ਜਿੰਨੀ ਮਰਜ਼ੀ ਹੋਰ ਵਧਾ ਲਓ। ਲੋਕ ਕਹਿੰਦੇ ਸੀ ਕਿ ਲੱਸੀ ਅਤੇ ਲੜਾਈ ਦਾ ਕੀ ਹੈ ਭਾਈ, ਜਿੰਨੀ ਮਰਜ਼ੀ ਵਧਾ ਲਓ। ਦੁੱਧ ਵੇਚਣ ਦਾ ਰਿਵਾਜ ਨਹੀਂ ਸੀ, ਘਿਓ ਘਿਓ ਆਮ ਵਿਕਦਾ ਸੀ। ਪੀਣ ਦਾ ਪਾਣੀ ਘੜਿਆਂ ਵਿੱਚ ਰੱਖਿਆ ਜਾਂਦਾ ਸੀ। ਪਿੰਡਾਂ ਵਿੱਚ ਖੂਹੀਆਂ ਹੁੰਦੀਆਂ ਸੀ, ਕੁਝ ਸਾਂਝੀਆਂ ਅਤੇ ਕੁਝ ਨਿੱਜੀ ਘਰਾਂ ਦੀਆਂ। ਔਰਤਾਂ ਇਹਨਾਂ 'ਚੋਂ ਪਾਣੀ ਭਰਦੀਆਂ ਸੀ। ਘਰਾਂ ਵਾਲੇ ਵੀ ਦਿਨ ਵੇਲੇ ਕਿਸੇ ਔਰਤ ਜਾਂ ਬੱਚੇ ਨੂੰ ਪਾਣੀ ਭਰਨ ਤੋਂ ਨਹੀਂ ਸੀ ਰੋਕਦੇ। ਔਰਤਾਂ ਸਵੇਰੇ ਸਵੇਰੇ ਇੱਥੇ ਹੀ ਨਹਾਉਣ ਵਾਸਤੇ ਆਉਂਦੀਆਂ ਸੀ। ਉਸ ਵੇਲੇ ਰਵਾਇਤ ਅਨੁਸਾਰ ਆਦਮੀ ਦੂਰ ਹੀ ਰਹਿੰਦੇ ਸੀ। ਦੁਪਹਿਰੋਂ ਬਾਅਦ ਘਰ ਦੇ ਕੰਮ ਕਾਜ ਕਰਕੇ ਫਿਰ ਕੱਪੜੇ ਧੋਣ ਵੀ ਇੱਥੇ ਹੀ ਆਉਂਦੀਆਂ ਸੀ। ਅਤੇ ਗਰਮੀਆਂ 'ਚ ਠੰਡੇ ਪਾਣੀ ਵਾਸਤੇ ਕਈਆਂ ਨੇ ਝੱਜਰੀਆਂ ਰੱਖੀਆਂ ਹੁੰਦੀਆਂ ਸੀ। ਰੇਤਲੀ ਮਿੱਟੀ ਦੀਆਂ ਹੋਣ ਕਰਕੇ ਇਹਨਾਂ 'ਚੋਂ ਜ਼ਰਾ ਜ਼ਰਾ ਪਾਣੀ ਸਿਮਦਾ ਰਹਿੰਦਾ ਸੀ। ਜਦੋਂ ਹਵਾ ਨਾਲ ਪਾਣੀ ਉੱਡਦਾ ਤਾਂ ਝੱਜਰੀ ਦੇ ਪਾਣੀ ਨੂੰ ਠੰਡਾ ਕਰਦਾ ਸੀ। ਗਰਮੀਆਂ ਵਿੱਚ ਲੋਕ ਸੱਤੂ, ਕਾਂਜੀ ਅਤੇ ਸ਼ਰਦਾਈ ਪੀਂਦੇ ਸੀ। ਜੌਂਆਂ ਨੂੰ ਭੁੰਨ ਕੇ ਅਤੇ ਪੀਸ ਕੇ ਦੋ ਚਮਚੇ ਸੱਤੂ ਅਤੇ ਇੱਕ ਦੋ ਚਮਚੇ ਸ਼ੱਕਰ ਜਾਂ ਖੰਡ ਨੂੰ ਠੰਡੇ ਪਾਣੀ 'ਚ ਘੋਲੋ ਤਾਂ ਸਵਾਦੀ, ਤਾਕਤ ਬਣਾਉਣ ਅਤੇ ਠੰਡ ਪਾਉਣ ਵਾਲਾ ਇੱਕ ਜਾਮ ਬਣ ਜਾਂਦਾ ਸੀ। ਕਾਂਜੀ ਲਾਲ ਅਤੇ ਕਾਲੀਆਂ ਗਾਜਰਾਂ ਤੋਂ ਬਣਾਈ ਜਾਂਦੀ ਸੀ। ਪਾਣੀ ਦੇ ਘੜੇ ਵਿੱਚ ਸਾਫ਼ ਕਰਕੇ ਅਤੇ ਕੱਟ ਕੇ ਸੇਰ ਕੋ ਗਾਜਰਾਂ ਸੁੱਟੋ, ਵਿੱਚ ਰਾਈ ਪਾਓ, ਦੋ ਚਾਰ ਚਮਚ ਹੋਰ ਮਸਾਲੇ ਪਾ ਕੇ ਦੋ ਹਫ਼ਤੇ ਲਈ ਰਹਿਣ ਦਿਓ। ਕਦੀ ਕਦੀ ਘੜੇ ਨੂੰ ਹਿਲਾ ਦਿਓ। ਜਦੋਂ ਖਮੀਰ ਬਣਨਾ ਸ਼ੁਰੂ ਹੋਵੇ ਤਾਂ ਫਿਰ ਸਮਝੋ ਕਾਂਜੀ ਤਿਆਰ। ਛੋਟੇ ਵੱਡੇ ਇਸ ਦਾ ਬੜਾ ਆਨੰਦ ਮਾਣਦੇ ਸੀ। ਸ਼ਰਦਾਈ, ਬਦਾਮ, ਮਗਜ਼, ਲਾਚੀਆਂ ਨੂੰ ਰਗੜ ਕੇ ਫਿਰ ਖੰਡ ਅਤੇ ਪਾਣੀ ਵਿੱਚ ਪਾ ਕੇ ਬਣਾਈ ਜਾਂਦੀ ਸੀ। ਇਸ ਨੂੰ ਕੋਈ ਕਦੀ ਕਦਾਈ ਬਣਾਉਂਦਾ ਸੀ। ਪੀਸਣ 'ਤੇ ਵਕਤ ਜੋ ਲੱਗਦਾ ਸੀ। ਨਿਹੰਗ ਸਿੰਘ ਗੁਰਦੁਆਰੇ ਬੈਠ ਕੇ ਸ਼ਰਦਾਈ ਜ਼ਰੂਰ ਰਗੜਦੇ, ਭਾਵੇਂ ਗਰਮੀ ਹੋਵੇ ਅਤੇ ਭਾਵੇਂ ਸਰਦੀ। ਕੁਝ ਸੁੱਖਾ ਸਾਹਿਬ ਭੰਗ ਦੇ ਪੱਤੇ ਵੀ ਪਾ ਲੈਂਦੇ ਸੀ ਅਤੇ ਪੀ ਕੇ ਆਨੰਦ ਲੈਂਦੇ ਸੀ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਹੁਣ ਇੰਡੀਆ ਵਿੱਚ ਵੀ ਦੇਖ ਸਕਦੇ ਹੋ ਐਮਾਜ਼ਾਨ ਫਾਇਰ ਸਟਿੱਕ ਦੇ ਜ਼ਰੀਏ। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟ ਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰੋਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਤੇ ਹੋਰ ਬਹੁਤ ਸਾਰੇ ਪਲੇਟਫਾਰਮਸ ਤੇ ਅਵੇਲੇਬਲ ਹਾਂ। ਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਨਾਜ਼ਰੀਨ, ਪੁਰਾਣੇ ਪੰਜਾਬ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਅੱਜ ਦੇ ਪ੍ਰੋਗਰਾਮ ਵਿੱਚ। ਔਰ ਪੰਜਾਬੀ ਦੇ ਨਾਮਵਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਕਿਤੇ ਲਿਖਿਆ ਸੀ ਕਿ ਪੰਜਾਬ ਦਾ ਜੱਟ ਸਿਰਫ ਇੱਕੋ ਇੱਕ ਦਸਤਕਾਰੀ ਦਾ ਕੰਮ ਜਾਣਦਾ ਸੀ, ਅਤੇ ਉਹ ਸੀ ਸ਼ਰਾਬ ਕੱਢਣਾ। ਸੋ ਪੁਰਾਣੇ ਪੰਜਾਬ ਵਿੱਚ ਵਿਹਲੇ ਬੰਦਿਆਂ ਨੂੰ ਸ਼ਰਾਬ ਬਣਾਉਣੀ ਵੀ ਆਉਂਦੀ ਸੀ। ਕੁਝ ਆਪਣੇ ਪੀਣ ਲਈ, ਕੁਝ ਵੇਚਣ ਲਈ ਅਤੇ ਕੁਝ ਦੇਣ ਦਵਾਉਣ ਲਈ। ਸ਼ਰਾਬ ਚੋਰੀ ਚੋਰੀ ਬਣਾਈ ਜਾਂਦੀ ਸੀ। ਇਹਨੂੰ ਰੂੜੀ ਮਾਰਕਾ ਜਾਂ ਰੂੜੀ ਬ੍ਰਾਂਡ ਵੀ ਕਹਿੰਦੇ ਸੀ। ਅੰਗਰੇਜ਼ਾਂ ਨੇ ਆ ਕੇ ਅੰਗਰੇਜ਼ੀ ਸ਼ਰਾਬ ਦੇ ਲਾਇਸੈਂਸ ਦੇਣੇ ਸ਼ੁਰੂ ਕਰ ਦਿੱਤੇ। ਸਰਕਾਰ ਨੂੰ ਟੈਕਸ ਮਿਲਦਾ ਸੀ ਅਤੇ ਲੋਕਾਂ ਨੂੰ ਸਵਾਦ ਪੈ ਜਾਂਦਾ ਸੀ। ਇਹ ਦੁਕਾਨਾਂ ਅਫੀਮ ਵੀ ਵੇਚਦੀਆਂ ਸੀ, ਪਰ ਪਿੰਡਾਂ ਵਿੱਚ ਸ਼ਰਾਬੀ ਅਤੇ ਅਫੀਮਚੀ ਘੱਟ ਹੀ ਸੀ। ਇਸਲਾਮ ਦੇ ਨਾਲ ਹੁੱਕਾ ਆਇਆ। ਮੁਸਲਮਾਨ ਆਦਮੀ ਇਕੱਠੇ ਬੈਠ ਕੇ ਹੁੱਕੇ ਦੀ ਸਾਂਝ ਕਰਦੇ। ਸਿੱਖਾਂ ਲਈ ਤੰਬਾਕੂ ਦੀ ਸਖ਼ਤ ਮਨਾਹੀ ਸੀ, ਉਹ ਨੇੜੇ ਵੀ ਨਹੀਂ ਸੀ ਜਾਂਦੇ। ਕੁਝ ਹਿੰਦੂ ਹੁੱਕਾ ਪੀਣ ਦੇ ਆਦੀ ਹੋ ਗਏ। ਚਿਲਮ ਪੀਣੀ ਘੱਟ ਹੀ ਪ੍ਰਚਲਿਤ ਸੀ। ਅੱਗ ਬਾਲਣ ਵਾਸਤੇ ਘਰਾਂ ਵਿੱਚ ਗੋਹੇ, ਮਨਛਿਟੀ ਅਤੇ ਲੱਕੜਾਂ ਵਰਤੀਆਂ ਜਾਂਦੀਆਂ ਸੀ। ਭੱਠੀ ਵਿੱਚ ਆਮ ਤੌਰ 'ਤੇ ਪੱਤੇ ਵੀ ਚੁੱਕੇ ਜਾਂਦੇ ਸੀ। ਰੌਸ਼ਨੀ ਲਈ ਦੀਵੇ ਸਰੋਂ ਦੇ ਤੇਲ ਨਾਲ ਜਗਾਏ ਜਾਂਦੇ ਸੀ। ਮਿੱਟੀ ਦਾ ਤੇਲ ਆਉਣ ਤੋਂ ਬਾਅਦ ਫਿਰ ਲਾਲਟੈਨ ਦੀ ਵਰਤੋਂ ਵੀ ਸ਼ੁਰੂ ਹੋ ਗਈ। ਵਿਆਹਾਂ ਸ਼ਾਦੀਆਂ ਵੇਲੇ ਸ਼ਹਿਰਾਂ ਜਾਂ ਕਸਬਿਆਂ ਤੋਂ ਤਾਂਬੂਆਂ ਵਾਲੇ ਗੈਸ ਦੇ ਲੈਂਪ ਵੀ ਲੈ ਆਉਂਦੇ, ਬੜੀ ਰੌਸ਼ਨੀ ਦਿੰਦੇ ਸੀ। ਘਰਾਂ ਵਿੱਚ ਦਿਨ ਦੀ ਰੌਸ਼ਨੀ ਵੇਲੇ ਹੀ ਰੋਟੀ ਬਣਾਈ ਜਾਂਦੀ ਅਤੇ ਖਾਧੀ ਜਾਂਦੀ ਸੀ। ਲਿਖਾਈ ਪੜ੍ਹਾਈ ਵੀ ਬਹੁਤੀ ਦਿਨ ਹੀ ਕੀਤੀ ਜਾਂਦੀ ਸੀ। ਲੋਕ ਖੂਹਾਂ, ਹਲਟੀ ਅਤੇ ਖੂਹੀਆਂ 'ਤੇ ਤਾਜ਼ੇ ਪਾਣੀ ਨਾਲ ਰੋਜ਼ ਨਹਾਉਂਦੇ ਸੀ। ਗਰਮੀਆਂ ਦੇ ਵਿੱਚ ਦੋ ਵਾਰੀ ਸਿਰ ਦੇ ਵਿੱਚ ਖੱਟੀ ਲੱਸੀ ਜਾਂ ਖੱਟੇ ਦਹੀਂ ਵੀ ਪਾਉਂਦੇ ਸੀ, ਉਹਦੇ ਨਾਲ ਸਿਰ ਧੋਂਦੇ ਸੀ। ਇਸ ਦੇ ਨਾਲ ਮੈਲ ਵੀ ਨਿਕਲ ਜਾਂਦੀ ਸੀ ਅਤੇ ਵਾਲ ਵੀ ਮੁਲਾਇਮ ਰਹਿੰਦੇ ਸੀ। ਜੇ ਕਦੀ ਲੰਬੇ ਵਾਲ ਜੰਮ ਜਾਣ ਤਾਂ ਖਾਰੇ ਸੋਡੇ ਨਾਲ ਧੋਤੇ ਜਾਂਦੇ, ਖਾਸ ਤੌਰ 'ਤੇ ਬੱਚਿਆਂ ਦੇ ਵਾਲ। ਸਿਰ ਧੋ ਕੇ ਸੁਕਾ ਕੇ ਹਰ ਕੋਈ ਆਰਾਮ ਨਾਲ ਤੇਲ ਲਵਾਉਂਦਾ ਸੀ ਅਤੇ ਕੰਘੀ ਕਰਦਾ ਸੀ।
ਸਿੱਖ ਬੱਚਿਆਂ ਦੇ ਲੰਬੇ ਵਾਲਾਂ ਵਿੱਚ ਆਪ ਅਟਕਾਂ ਜਾਂ ਗੁੰਝਲਾਂ ਪੈ ਜਾਂਦੀਆਂ ਸੀ ਅਤੇ ਵਾਲ ਵਾਹੁਣ ਲੱਗੇ ਆ ਉਹ ਬਹੁਤ ਚੀਕਾਂ ਵੀ ਮਾਰਦੇ ਸੀ। ਕੱਪੜੇ ਦੇਸੀ ਸਾਬਣ ਨਾਲ ਧੋਂਦੇ ਸੀ, ਪਰ ਜੇ ਕੱਪੜੇ ਬਹੁਤੇ ਮੈਲੇ ਹੋਣ ਤਾਂ ਫਿਰ ਖਾਰਾ ਸੋਡਾ ਵੀ ਵਰਤਦੇ ਸੀ। ਬਰਤਨ ਚਿੱਟੀ ਸੁਆਹ ਨਾਲ ਮਾਂਜ ਕੇ ਜਾਂ ਪੂੰਝ ਲੈਂਦੇ ਸੀ ਜਾਂ ਧੋ ਲੈਂਦੇ ਸੀ। ਨਾਜ਼ਰੀਨ, ਪੁਰਾਣੇ ਪੰਜਾਬ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਅਤੇ ਉਹਨਾਂ ਵਿੱਚੋਂ ਮੈਂ ਤੁਹਾਨੂੰ ਕੁਝ ਪੁਰਾਣੇ ਪੰਜਾਬ ਬਾਰੇ ਦੱਸ ਰਿਹਾ ਸੀ। ਉਮੀਦ ਕਰਦਾ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ। ਪਿੰਡ ਦੀ ਸਫਾਈ ਰੱਖਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਸੀ ਅਤੇ ਆਂਢੀ ਗੁਆਂਢੀ ਰਲ ਕੇ ਗਲੀਆਂ ਅਤੇ ਨਾਲੀਆਂ ਦੀ ਸਫਾਈ ਆਪ ਕਰਦੇ ਸੀ। ਘਰ ਦੇ ਅੰਦਰ ਕੂੜਾ ਕਰਕਟ ਗੋਆ ਇਕੱਠਾ ਕਰਨਾ ਅਤੇ ਬਾਹਰ ਸੁੱਟਣਾ ਸਟਾਉਣਾ ਘਰ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਸੀ। ਘਰਾਂ ਵਿੱਚ ਉਸ ਵੇਲੇ ਲੈਟਰਿਨ ਨਹੀਂ ਸੀ ਹੁੰਦੀ, ਹਰ ਕੋਈ ਖੇਤਾਂ ਨੂੰ ਜੰਗਲ ਪਾਣੀ ਕਰਨ ਜਾਂਦਾ ਸੀ। ਜੰਮਣ ਮਰਨ ਦਾ ਰਿਕਾਰਡ ਕੋਈ ਨਹੀਂ ਸੀ ਹੁੰਦਾ। ਪਹਿਲੀ ਮਰਦਮਸ਼ੁਮਾਰੀ 1881 ਵਿੱਚ ਸ਼ੁਰੂ ਹੋਈ, ਹਰ 10 ਸਾਲ ਬਾਅਦ ਹੁੰਦੀ ਰਹੀ। ਮਰਦਮਸ਼ੁਮਾਰੀ ਵੇਲੇ ਧਰਮ ਦਾ ਨਾਂ ਜ਼ਰੂਰ ਲਿਖਦੇ ਸੀ। ਵੱਡੇ ਘਰਾਂ ਦੀਆਂ ਪੁਸ਼ਤਾਂ ਜਾਂ ਇਤਿਹਾਸ ਮਰਾਸੀ ਯਾਦ ਰੱਖਦੇ ਅਤੇ ਗਾ ਕੇ ਰਾਗਾਂ ਵਿੱਚ ਸੁਣਾਉਂਦੇ ਸੀ। ਅਗਨੀ ਭੇਟ ਕਰਨ ਤੋਂ ਕੁਝ ਮਹੀਨੇ ਬਾਅਦ ਹਿੰਦੂ ਅਤੇ ਸਿੱਖ ਅਸਤੀਆਂ ਨੂੰ ਹਰਿਦੁਆਰ ਲੈ ਕੇ ਚਲੇ ਜਾਂਦੇ ਸੀ। ਕਈ ਵਾਰੀ ਹੋਰ ਦਰਿਆਵਾਂ ਵਿੱਚ ਵੀ ਰੋੜ ਦਿੰਦੇ ਸੀ। ਪਾਂਡੇ ਰਿਕਾਰਡ ਲਿਖ ਕੇ ਰੱਖਦੇ ਸੀ। ਉਹਨਾਂ ਦਾ ਸਿਸਟਮ ਕਮਾਲ ਦਾ ਸੀ, ਝਟਪਟ ਲੱਭ ਲੈਂਦੇ ਸੀ ਕਿੰਨਾ ਵੀ ਪੁਰਾਣਾ ਹੋਵੇ। ਮੁਸਲਮਾਨ ਅਤੇ ਈਸਾਈ ਦੇਹ ਨੂੰ ਕਬਰਾਂ ਵਿੱਚ ਦਫਨ ਕਰਦੇ। ਜੇ ਪਿੰਡ ਵਿੱਚ ਕੱਟ ਵੱਢ ਨਾ ਹੋਵੇ, ਨਾ ਬਗਾਵਤ, ਨਾ ਲੋਕਾਂ ਨੂੰ ਭੜਕਾਉਣ ਦੀਆਂ ਕਾਰਵਾਈਆਂ ਹੋਣ, ਤਾਂ ਸਰਕਾਰ ਪਿੰਡਾਂ ਤੋਂ ਦੂਰ ਹੀ ਰਹਿੰਦੀ ਸੀ। ਸਰਕਾਰ ਨੂੰ ਤਾਂ ਬਸ ਮਾਮਲਾ ਚਾਹੀਦਾ ਸੀ, ਉਹ ਮਿਲਦਾ ਰਹੇ ਅਤੇ ਅਮਨ ਰਹੇ ਤਾਂ ਸਰਕਾਰ ਖੁਸ਼ ਰਹਿੰਦੀ ਸੀ। ਮਾਮਲੇ ਵਾਸਤੇ ਖੇਤਾਂ ਦਾ ਪੂਰਾ ਰਿਕਾਰਡ ਹੁੰਦਾ ਸੀ। ਪੁਲਿਸ ਸਟੇਸ਼ਨ ਅਤੇ ਕਚਹਿਰੀ ਸ਼ਹਿਰਾਂ ਵਿੱਚ ਹੁੰਦੇ ਸੀ। ਪਿੰਡ ਵਿੱਚ ਪੁਲਿਸ ਨਹੀਂ ਸੀ ਆਉਂਦੀ। ਜੇ ਕੋਈ ਸਿਪਾਹੀ ਨਜ਼ਰ ਆ ਜਾਵੇ ਤਾਂ ਹਰ ਕੋਈ ਅੱਖਾਂ ਪਾੜ ਕੇ ਉਸ ਵੱਲ ਵੇਖਦਾ ਸੀ। ਪਿੰਡ ਦਾ ਰਾਜ ਭਾਗ 3 ਬੰਦਿਆਂ ਦੇ ਸਪੁਰਦ ਹੁੰਦਾ ਸੀ, ਲੰਬਰਦਾਰ, ਪਟਵਾਰੀ ਅਤੇ ਚੌਂਕੀਦਾਰ। ਲੰਬਰਦਾਰ ਪਿੰਡ ਦਾ ਚੀਫ ਹੁੰਦਾ ਸੀ, ਇਹ ਉਹਦਾ ਜੱਦੀ ਸੀ, ਪਰ ਸਰਕਾਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਸੀ। ਗੱਦੀ ਤਾਂ ਖੋਈ ਜਾਂਦੀ ਸੀ ਜੇ ਉਹ ਸਰਕਾਰ ਦਾ ਵਿਰੋਧੀ ਜਾਂ ਵਿਰੋਧੀਆਂ ਦਾ ਸਾਥੀ ਹੋਵੇ। ਲੰਬਰਦਾਰ ਮਾਮਲਾ ਇਕੱਠਾ ਕਰਕੇ ਤਹਿਸੀਲੇ ਜਾਂ ਮਾਲਖਾਨੇ ਜਮ੍ਹਾਂ ਕਰਵਾਉਂਦਾ ਸੀ। ਪਿੰਡ ਵਿੱਚ ਅਮਨ ਅਮਾਨ ਦੀ ਜ਼ਿੰਮੇਵਾਰੀ ਵੀ ਉਸਦੇ ਮੋਢਿਆਂ 'ਤੇ ਹੁੰਦੀ ਸੀ। ਉਸ ਨੂੰ ਸਰਕਾਰ ਵੱਲੋਂ ਚਮੜੇ ਦੀ ਪੇਟੀ, ਜਿਸ ਉੱਤੇ ਪਿੱਤਲ ਦੀ ਮੋਹਰ ਲੱਗੀ ਹੁੰਦੀ ਸੀ, ਦਿੱਤੀ ਜਾਂਦੀ ਸੀ। ਸੋ ਲੰਬਰਦਾਰ ਨੂੰ ਮਾਮਲੇ ਤੋਂ ਕਮਿਸ਼ਨ ਮਿਲਦੀ ਸੀ, ਪਰ ਉਸਦੇ ਟੱਬਰ ਦਾ ਗੁਜ਼ਾਰਾ ਉਸਦੀ ਆਪਣੀ ਭੋਏ ਤੋਂ, ਆਪਣੀ ਜਾਣੀ ਕਿ ਜ਼ਮੀਨ ਤੋਂ ਚੱਲਦਾ ਸੀ। ਪਟਵਾਰੀ ਨੂੰ ਸਰਕਾਰ ਦਾ ਮਹਿਕਮਾ ਮਾਲ ਭੇਜਦਾ ਸੀ, ਉਹਦੀ ਤਨਖਾਹ ਥੋੜ੍ਹੀ ਹੁੰਦੀ ਸੀ, ਪਰ ਜ਼ਮੀਨਾਂ ਦੀ ਤਸਦੀਕ ਕਰਨ ਦੇ ਪੈਸੇ ਮਿਲਦੇ ਸੀ। ਉਸਦੇ ਰਜਿਸਟਰ ਵਿੱਚ ਹਰ ਖੇਤ ਦਾ ਨਕਸ਼ਾ ਅਤੇ ਨੰਬਰ ਹੁੰਦਾ ਸੀ। ਉਹਦੇ ਰਿਕਾਰਡ ਬੜੇ ਸੁਥਰੇ ਹੁੰਦੇ ਸੀ ਅਤੇ ਹਰ ਥਾਂ ਮੰਨੇ ਜਾਂਦੇ ਸੀ। ਸਰਕਾਰ ਦੇ ਬਾਕੀ ਰਿਕਾਰਡ ਇੰਨੇ ਸੱਚੇ ਅਤੇ ਸੁੱਚੇ ਨਹੀਂ ਸੀ ਹੁੰਦੇ। ਪ੍ਰਾਈਮ ਏਸ਼ੀਆ ਟੀਵੀ ਨੂੰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਦੇਖ ਸਕਦੇ ਹੋ। ਰੀਅਲ ਟੀਵੀ ਚੈਨਲ ਨੰਬਰ 160 ਐਂਡ 361, ਲਾਈਵ ਟੀਵੀ ਚੈਨਲ ਨੰਬਰ 225, ਕਰੂਜ਼ ਟੀਵੀ ਚੈਨਲ ਨੰਬਰ 111, ਸ਼ਾਵਾ ਟੀਵੀ ਚੈਨਲ ਨੰਬਰ 399। ਇਸ ਤੋਂ ਇਲਾਵਾ ਅਸੀਂ ਅਵੇਲੇਬਲ ਹਾਂ ਐਪਲ ਟੀਵੀ, ਸਮਾਰਟ ਟੀਵੀ, ਯੱਪ ਟੀਵੀ, ਫਾਸਟਵੇ ਬਾਕਸ ਚੈਨਲ ਨੰਬਰ 1 ਐਂਡ ਅਦਰ IPTV ਬਾਕਸਿਸ 'ਤੇ। ਜਾਂ ਤੁਸੀਂ ਆਪਣੇ ਐਪਲ ਜਾਂ ਐਂਡਰਾਇਡ ਫੋਨ ਵਿੱਚ ਸਾਡੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਐਕਸਬਾਕਸ, PS4 ਅਤੇ ਹੋਰ ਬਹੁਤ ਸਾਰੇ ਪਲੇਟਫਾਰਮਸ 'ਤੇ ਅਵੇਲੇਬਲ ਹਾਂ। ਅਤੇ ਸਭ ਤੋਂ ਜ਼ਰੂਰੀ, ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਨਾਜ਼ਰੀਨ, ਪੁਰਾਣੇ ਪਿੰਡਾਂ ਵਿੱਚ ਇੱਕ ਚੌਂਕੀਦਾਰ ਵੀ ਹੁੰਦਾ ਸੀ ਅਤੇ ਚੌਂਕੀਦਾਰ ਦੀਆਂ ਕਈ ਇੱਕ ਜ਼ਿੰਮੇਵਾਰੀਆਂ ਹੁੰਦੀਆਂ ਸੀ ਕਿ ਰਾਤ ਨੂੰ ਡੰਗੋਰੀ ਲੈ ਕੇ ਚੱਕਰ ਲਾਉਣੇ, ਪਿੰਡ ਦੀ ਰਾਖੀ ਕਰਨੀ, ਗਲੀਆਂ ਦੇ 2-3 ਚੱਕਰ ਵੀ ਲਾਉਂਦਾ ਸੀ। ਦੂਜਾ ਕੰਮ ਸੀ ਆਏ ਗਏ ਸਰਕਾਰੀ ਅਫਸਰਾਂ ਦੀ ਅਰਦਲੀ ਕਰਨੀ ਅਤੇ ਢੋਲ ਵਜਾ ਕੇ ਮੁਨਾਦੀ ਕਰਨੀ। ਉਹਦਾ ਫਰਜ਼ ਇਹ ਵੀ ਸੀ ਕਿ ਪਿੰਡ ਵਿੱਚ ਜੰਮੇ ਮਰੇ ਦੀ ਖਬਰ ਤਹਿਸੀਲੇ ਪਹੁੰਚਾਉਣੀ। ਇਹਨਾਂ 3 ਵਿਅਕਤੀਆਂ ਤੋਂ ਇਲਾਵਾ ਕਿਸੇ ਕਿਸੇ ਪਿੰਡ ਵਿੱਚ ਕੋਈ ਨਾ ਕੋਈ ਮੌਤਬਰ ਬੰਦਾ ਹੁੰਦਾ ਸੀ ਜੋ ਆਪਣੇ ਆਪ ਹੀ ਸਰਕਾਰ ਦੀ ਨੁਮਾਇੰਦਗੀ ਕਰਦਾ ਸੀ, ਹਰ ਕਿਸਮ ਦੀ ਖਬਰ ਸੁਰਤ ਵੀ ਦਿੰਦਾ ਸੀ। ਆਉਂਦੇ ਜਾਂਦੇ ਅਫਸਰਾਂ ਨੂੰ ਰੋਟੀ ਖਵਾਉਣੀ, ਦਾਰੂ ਪਿਆਉਣੀ ਅਤੇ ਲੋਕਾਂ ਦੇ ਕੰਮ ਕਰਾਉਣੇ। ਉਹਦੀ ਕਚਹਿਰੀ ਅਤੇ ਥਾਣੇ ਵਿੱਚ ਬੜੀ ਪੁੱਛਗਿੱਛ ਹੁੰਦੀ ਸੀ। ਕਰਮਚਾਰੀ ਜੀ ਜੀ ਆਇਆਂ ਆਖਦੇ, ਜੀ ਹਜ਼ੂਰੀ ਕਰਦੇ। ਇਹਦੇ ਨਾਲ ਪਿੰਡ ਵਿੱਚ ਉਹਦਾ ਰੋਹਬ ਕਾਇਮ ਰਹਿੰਦਾ ਸੀ। ਕੋਈ ਕੜਿੱਕੀ ਵਿੱਚ ਫਸ ਜਾਵੇ ਤਾਂ ਅਫਸਰਾਂ ਲਈ ਪੈਸੇ ਵੀ ਬਟੋਰ ਲੈਂਦਾ ਸੀ। ਕਈ ਪੁਰਾਣੇ ਜਾਗੀਰਦਾਰਾਂ ਵਾਂਗੂ ਇਹ ਪਿੰਡ ਵਿੱਚ ਰਾਜੇ ਵਾਂਗ ਹੁੰਦਾ ਸੀ। ਮੁਗਲਾਂ ਦੇ ਰਾਜ ਭਾਗ ਵਿੱਚ ਪਿੰਡਾਂ 'ਤੇ ਹਰ ਕਿਸਮ ਦਾ ਕੰਟਰੋਲ ਜਾਗੀਰਦਾਰਾਂ ਦੇ ਹੱਥ ਵਿੱਚ ਸੀ। ਇਹ ਮਾਮਲਾ ਦਿੰਦੇ
ਫੌਜਾਂ ਲਈ ਭਰਤੀ ਦਿੰਦੇ ਅਤੇ ਪਿੰਡ ਦੇ ਲੋਕਾਂ ਨੂੰ ਸਿੱਧਾ ਕਰਕੇ ਰੱਖਦੇ ਪਰ ਲੋਕਾਂ ਦੀ ਮਦਦ ਵੀ ਕਰਦੇ। ਆਪ ਵੱਡੇ ਜ਼ਿੰਮੇਦਾਰ ਹੁੰਦੇ ਸੀ ਬਾਕੀ ਸਾਰੇ ਕਾਮੇ। ਜਦੋਂ ਸਿੱਖਾਂ ਨੇ ਪੰਜਾਬ ਫਤਿਹ ਕੀਤਾ ਤਾਂ ਜਾਗੀਰਦਾਰੀ ਹਟਾ ਲਈ, ਜ਼ਮੀਨ ਵਾਕਾਂ ਨੂੰ ਵੰਡ ਦਿੱਤੀ, ਹਰ ਕੋਈ ਆਪੋ ਆਪਣੀ ਮਾਲਕੀ ਦਾ ਮਾਮਲਾ ਦੇਣ ਲੱਗੀ, ਪਿੰਡ ਦੀ ਵਾਗਡੋਰ ਨਿੱਕੇ ਨਿੱਕੇ ਕਿਸਾਨਾਂ ਦੇ ਹੱਥ ਆ ਗਈ। ਅੰਗਰੇਜ਼ਾਂ ਨੇ ਜਾਗੀਰਦਾਰੀ ਤਾਂ ਵਾਪਸ ਨਾ ਆਉਂਦੀ ਪਰ ਹਰ ਪਿੰਡ ਵਿੱਚ ਸਰਕਾਰੀ ਨੁਮਾਇੰਦੇ ਨਿਯੁਕਤ ਕਰ ਦਿੱਤੇ। ਇਹਨਾਂ ਨੂੰ ਕੋਈ ਪਤਾ ਨਹੀਂ ਸੀ ਮਿਲਦਾ ਪਰ ਸਰਕਾਰ ਦੀ ਤਾਕਤ ਇਹਨਾਂ ਦੀ ਪਿੱਠ 'ਤੇ ਹੁੰਦੀ ਸੀ। ਕਈਆਂ ਨੂੰ ਸਰਕਾਰ ਬਹਾਦਰ, ਮਲਕ ਸਾਹਿਬ, ਚੌਧਰੀ ਸਾਹਿਬ ਦੇ ਖਿਤਾਬ ਵੀ ਦਿੱਤੇ ਜਾਂਦੇ। ਅੰਗਰੇਜ਼ੀ ਰਾਜ ਦੇ ਇਹ ਪੁਰਜ਼ੇ ਹੁੰਦੇ ਸੀ, ਅਮੀਰ ਸਨ, ਇਹ ਨਿੱਕੇ ਨਿੱਕੇ ਰਜਵਾੜੇ ਬੜੀ ਐਸ਼ ਪ੍ਰਸਤੀ ਨਾਲ ਰਹਿੰਦੇ, ਰੋਬ ਦਾਬ ਕਾਇਮ ਰੱਖਦੇ। ਜਦੋਂ ਕਦੀ ਕੋਈ ਅਫਸਰ ਪਿੰਡ ਆਏ ਤਾਂ ਇਸ ਦੀ ਰੱਜ ਕੇ ਸੇਵਾ ਕਰਦੇ, ਜਿਹੜਾ ਕੋਈ ਕੜਿੱਕੀ ਵਿੱਚ ਫਸ ਜਾਵੇ ਉਹਦਾ ਕੰਮ ਕਰਵਾ ਦਿੰਦੇ। ਆਮ ਤੌਰ 'ਤੇ ਪਾਰਟੀਆਂ ਕਰਨੀਆਂ, ਮੁਜਰੇ ਕਰਨੇ, ਸ਼ਿਕਾਰ ਖੇਡਣਾ ਅਤੇ ਘੋੜੇ ਰੱਖਣੇ, ਭਾਵੇਂ ਇਹਨਾਂ ਸਰਕਾਰ ਦੇ ਕਰਿੰਦਿਆਂ ਕੋਲ ਕਿੰਨੀ ਵੀ ਜ਼ਮੀਨ ਹੋਵੇ, ਪੈਸੇ ਦੀ ਲੋੜ ਰਹਿੰਦੀ ਹੀ ਸੀ। ਆਲੇ ਦੁਆਲੇ ਇਕੱਠ ਕੀਤੇ ਅਮਲੇ ਥੈਲੇ ਨੂੰ ਵੀ ਕੁਝ ਵੰਡਣਾ ਹੁੰਦਾ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਇਹ ਲੁੱਕੇ ਛਿਪੇ ਤਰੀਕੇ ਵਰਤੇ ਸੀ। ਚੋਰ ਆਪਣੀ ਲੁੱਟ ਦਾ ਕੁਝ ਹਿੱਸਾ ਇਹਨਾਂ ਦੇ ਪੈਰਾਂ 'ਤੇ ਰੱਖਦੇ, ਚੋਰੀ ਕੀਤੇ ਡੰਗਰ ਇਹਨਾਂ ਦੇ ਤਬੇਲਿਆਂ ਵਿੱਚ ਬੰਨ ਜਾਂਦੇ, ਦੇਸੀ ਸ਼ਰਾਬ ਕੱਢਣ ਵਾਲੇ ਇਹਨਾਂ ਨੂੰ ਦਾਰੂ ਸਪਲਾਈ ਕਰਦੇ ਰਹਿੰਦੇ। ਇਹਨਾਂ ਦਾ ਕੰਮ ਸੀ ਕਿ ਪੁਲਿਸ ਤੋਂ ਉਹਨਾਂ ਨੂੰ ਬਚਾ ਕੇ ਰੱਖਣਾ, ਲੋਕਾਂ 'ਤੇ ਰੋਬ ਰੱਖਦੇ ਸੀ ਅਤੇ ਲੋੜ ਵੇਲੇ ਗਰੀਬ ਗੁਰਬੇ ਦੀ ਮਦਦ ਵੀ ਕਰਦੇ ਸੀ। ਇਹਨਾਂ ਦੀਆਂ ਕੁਰੀਤੀਆਂ ਸਾਰੇ ਜਾਣਦੇ ਸੀ ਪਰ ਕੋਈ ਬੋਲ ਨਹੀਂ ਸੀ ਸਕਦਾ ਅਤੇ ਕਦੀ ਕਦਾਈ ਕਿਸੇ ਮਾੜੇ ਬੰਦੇ ਦੀ ਧੀ ਭੈਣ ਨੂੰ ਵੀ ਚੁੱਕ ਲੈਂਦੇ ਸੀ। ਇਹਨਾਂ ਨਾਲ ਲੜਨਾ ਝਗੜਨਾ ਔਖਾ ਸੀ ਕਿਉਂਕਿ ਸਰਕਾਰ ਜੋ ਇਹਨਾਂ ਵੱਲ ਸੀ। ਨਾਜ਼ਰੀਨ, ਅੱਜ ਅਸੀਂ ਪੁਰਾਣੇ ਪੰਜਾਬ ਦੇ ਪਿੰਡਾਂ ਦੇ ਜੀਵਨ ਬਾਰੇ ਗੱਲਬਾਤ ਕਰ ਰਹੇ ਹਾਂ। ਹਰ ਟੱਬਰ ਵਿੱਚ ਗੱਲਬਾਤ ਦਾ ਤਰੀਕਾ ਵੱਖਰਾ ਹੁੰਦਾ ਸੀ। ਪਿਓ ਪੁੱਤਾਂ ਨਾਲ ਗੱਲ ਕਰਦੇ ਸੀ, ਮਾਵਾਂ ਧੀਆਂ ਨਾਲ, ਅਤੇ ਮੀਆਂ ਬੀਵੀ ਕਦੇ ਕਦੇ ਲਾਂਭੇ ਜੇ ਅੱਖਾਂ ਤੋਂ ਓਹਲੇ ਹੋ ਕੇ ਗਿੱਟ ਮਿੱਟ ਵੀ ਕਰ ਲੈਂਦੇ ਸੀ, ਪਿਆਰ ਵੀ ਕਰ ਲੈਂਦੇ ਸੀ। ਮਾਵਾਂ ਰੋਟੀ ਦੇ ਵੇਲੇ ਹਮੇਸ਼ਾ ਬੱਚਿਆਂ ਦੇ ਨਾਲ ਗੱਲਾਂ ਕਰਦੀਆਂ ਸੀ। ਔਰਤਾਂ ਭਾਵੇਂ ਕਿੰਨੀਆਂ ਵੀ ਰੁੱਝੀਆਂ ਕਿਉਂ ਨਾ ਹੋਣ, ਰਲ ਮਿਲ ਕੇ ਦਿਲ ਦੀ ਹਵਾੜ ਕੱਢਣ ਦਾ ਵਕਤ ਲੱਭ ਹੀ ਲੈਂਦੀਆਂ ਸੀ। ਆਦਮੀ ਸਰਦੀਆਂ ਵਿੱਚ ਬਾਹਰ ਕਿਤੇ ਕੰਧਾਂ ਵਾਲਾ ਖਲੋ ਕੇ ਧੁੱਪ ਸੇਕਦੇ ਜਾਂ ਗਰਮੀਆਂ 'ਚ ਦਰਖਤਾਂ ਹੇਠ ਬੈਠੇ ਗੱਪ ਸ਼ੱਪ ਮਾਰ ਲੈਂਦੇ ਸੀ। ਕੁੜੀਆਂ ਆਪੋ ਵਿੱਚ ਅਤੇ ਮੁੰਡੇ ਆਪੋ ਵਿੱਚ ਪੱਕੀ ਦੋਸਤੀ ਨਿਭਾਉਂਦੇ ਸੀ। ਉਹ ਵੱਡਿਆਂ ਦੀਆਂ ਤਰਫਦਾਰੀਆਂ ਅਤੇ ਵਕਤ ਦੇ ਦਬਾਓ ਤੋਂ ਅਜੇ ਰਹਿਤ ਸੀ ਅਤੇ ਸਭ ਤੋਂ ਵੱਡੀ ਦਿਲ ਲੱਗੀ ਸੀ ਗੱਪ ਸ਼ੱਪ। ਆਦਮੀ ਆਦਮੀਆਂ ਨਾਲ ਉੱਚੀ ਉੱਚੀਆਂ ਸ਼ੇਖੀਆਂ ਮਾਰਦੇ, ਔਰਤਾਂ ਔਰਤਾਂ ਨਾਲ ਗੱਲਾਂ ਕਰਦੀਆਂ ਅਤੇ ਅਜਨਬੀ ਅਜਨਬੀਆਂ ਨਾਲ ਇੱਧਰ ਉੱਧਰ ਦੀਆਂ ਕਹਾਣੀਆਂ ਪਾਉਂਦੇ ਅਤੇ ਮੌਸਮਾਂ ਨਾਲ ਦਿਲ ਲੱਗੀ ਰਹਿੰਦਾ, ਤੌਰ ਤਰੀਕੇ ਬਦਲ ਜਾਂਦੇ। ਬਹਾਰ ਆਏ ਤਾਂ ਫਿਰ ਰੱਸਾ ਖਿੱਚਦੇ, ਪਤਝੜ ਆਏ ਤਾਂ ਖੇਤਾਂ ਵਿੱਚ ਨੌਜਵਾਨ ਕਬੱਡੀ ਖੇਡਦੇ, ਸੁਹਾਗਾ ਚੁੱਕਦੇ ਅਤੇ ਕੁਸ਼ਤੀਆਂ ਕਰਦੇ, ਆਪਣੀ ਤਾਕਤ ਵਿਖਾਉਂਦੇ। ਸਿਆਲਾਂ ਨੂੰ ਮੁੰਡੇ ਵਾਹਣਾਂ ਦੇ ਵਿੱਚ ਮਾਲਿਸ਼ ਕਰਦੇ, ਡੰਡ ਬੈਠਕਾਂ ਕੱਢਦੇ, ਕਬੱਡੀ ਖੇਡਦੇ ਅਤੇ ਕੁਸ਼ਤੀ ਕਰਦੇ। ਲੁਕਣ ਮੀਟੀ, ਗੁੱਲੀ ਡੰਡਾ ਅਤੇ ਖਿੱਦੋ ਖੁੱਡੀ ਖੇਡਣਾ 12 ਮਹੀਨੇ ਚੱਲਦਾ। ਖੁੰਡੀਆਂ ਜਾਂ ਹਾਕੀਆਂ ਹਰ ਕੋਈ ਆਪ ਬਣਾਉਂਦਾ ਸੀ। ਸੋ ਟਾਲੀ 'ਤੇ ਚੜ੍ਹ ਕੇ ਮੋਟੀ ਜਿਹੀ ਟਹਿਣੀ ਜਿਹੜੀ ਮੁੜੀ ਹੋਵੇ ਲੱਭ ਲਈ, ਕੱਟ ਲਈ, ਛਾਂਗ ਲਈ ਅਤੇ ਖਾਸ ਹਾਕੀ ਬਣ ਗਈ। ਆਮ ਤੌਰ 'ਤੇ ਕੁੜੀਆਂ ਮੁੰਡੇ ਪੀਂਘਾਂ ਝੂਟਦੇ ਅਤੇ ਖੁਸ਼ ਹੁੰਦੇ, ਦਿਨੇ ਮੁੰਡੇ ਖੁੱਲ੍ਹੇ ਜਿਹੜੇ ਸੀਗੇ ਉਹ ਬੰਟੇ ਬਹੁਤ ਖੇਡਦੇ ਹੁੰਦੇ ਸੀ। ਪਹਿਲੀ ਸੰਸਾਰ ਜੰਗ ਤੋਂ ਬਾਅਦ ਸਕੂਲ ਵਿੱਚ ਨਵੀਆਂ ਖੇਡਾਂ ਜਿਵੇਂ ਕਿ ਵਾਲੀਬਾਲ, ਫੁੱਟਬਾਲ, ਜਿਮਨਾਸਟਿਕ ਇਹ ਬਹੁਤ ਪ੍ਰਚਲਿਤ ਹੋ ਗਈਆਂ। ਸਿਆਲਾਂ ਦੀਆਂ ਲੰਬੀਆਂ ਰਾਤਾਂ ਨੂੰ ਔਰਤਾਂ ਕੁੜੀਆਂ ਚਰਖਾ ਕੱਤਦੀਆਂ ਅਤੇ ਆਪਣੇ ਆਪਣੇ ਘਰ ਜਾਂ ਤਰਿੰਜਣਾਂ ਵਿੱਚ, ਕੁੜੀਆਂ ਤਰਚੌਲੀ ਅਤੇ ਮਿੱਠੀਆਂ ਕੜਕ ਰੋਟੀਆਂ ਖਾਂਦੀਆਂ ਗਾਉਂਦੀਆਂ ਅਤੇ ਸਾਰੀ ਸਾਰੀ ਰਾਤ ਚਰਖਾ ਕੱਤਦੀਆਂ ਰਹਿੰਦੀਆਂ। ਸਵੇਰੇ ਗਿਣਦੀਆਂ ਕਿ ਕਿੰਨੀਆਂ ਕਿੰਨੀਆਂ ਛੱਲੀਆਂ ਬਣੀਆਂ ਨੇ। ਅਮੀਰ ਅਤੇ ਵਿਹਲੜ ਨੌਜਵਾਨਾਂ ਦੇ ਦੋ ਸ਼ੌਂਕ ਸਨ, ਕਦੀ ਕਦੀ ਮੁਜਰਾ ਵੇਖਣਾ ਜਿਸ ਦੇ ਵਿੱਚ ਗਾਉਣ ਅਤੇ ਨੱਚਣ ਵਾਲੀਆਂ ਕੁੜੀਆਂ ਦੇ ਨਾਲ ਢੋਲਕ ਵਜਾਉਣ ਵਾਲੇ ਆਦਮੀਆਂ ਦਾ ਇੱਕ ਟੋਲਾ ਸ਼ਾਮਿਲ ਹੁੰਦਾ ਸੀ। ਦੋਸਤੋ, ਇਹ ਸਨ ਪੁਰਾਣੇ ਪੰਜਾਬ ਦੀਆਂ ਕੁਝ ਝਾਕੀਆਂ ਜੋ ਸਾਡੇ ਵਡੇਰੀ ਉਮਰ ਦੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਅਤੇ ਨਵੀਂ ਪੀੜ੍ਹੀ ਦੇ ਦਰਸ਼ਕ ਨੂੰ ਉਸ ਜੀਵਨ ਬਾਰੇ, ਉਸ ਪੁਰਾਣੇ ਪੰਜਾਬ ਬਾਰੇ ਕੁਝ ਜਾਣਕਾਰੀ ਜ਼ਰੂਰ ਮਿਲੀ ਹੋਵੇਗੀ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਇਹਨਾਂ ਨਾਲ ਮੈਨੂੰ ਦਿਓ ਆਗਿਆ, ਤੁਸੀਂ ਖੁਸ਼ ਰਹੋ, ਆਬਾਦ ਰਹੋ ਅਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।